ਸਨੋ ਸਾਹਿਬ ਅੱਜ ਹੁਣ ਗੱਲ ਸਾਹਮਣੇ ਆਈ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜான்ਸਨ ਭਾਰਤ ਨਹੀਂ ਆਉਣਗੇ 26 ਜਨਵਰੀ ਦੇ ਮੌਕੇ ਮੁੱਖ ਮਹਿਮਾਨ ਦੇ ਵਜੋਂ ਦੁਆਰਾ ਰੱਦ ਕਰ ਦਿੱਤਾ ਗਿਆ ਸੋ ਉਸ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਦਾ ਪ੍ਰतिकਰਮ ਆ ਰਿਹਾ ਜੀ ਇੰਡੀਆ 'ਚ ਅਧੇ ਕੋਈ ਬਹੁਤ ਵੱਡਾ ਪ੍ਰतिकਰਮ ਸਰਕਾਰ ਦੀ ਤਰਫੋਂ ਜਿਹੜਾ ਦੀ ਉਹ ਨਹੀਂ ਆਇਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਬੋਰਿਸ ਜான்ਸਨ ਜਿਹੜੇ ਨੇ ਉਹਨਾਂ ਨੇ ਇਥੋਂ ਭਾਰਤ ਦੇ ਸਮੇਂ ਦੇ ਮੁਤਾਬਕ ਸਵੇਰੇ ਜਿਹੜੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਦੇ ਨਾਲ ਗੱਲਬਾਤ ਫੋਨ ਦੇ ਉੱਤੇ ਕੀਤੀ ਆ ਤੇ ਉਹਨਾਂ ਨੂੰ ਦੱਸਿਆ ਕਿ ਜਿਹੜਾ ਕੋਵਿਡ 19 ਹੈ ਉਹਦੇ ਕਰਕੇ ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜਾ ਦੀ ਉਹ ਲਾਕਡਾਊਨ ਮੁੜ ਤੋਂ ਲਾਇਆ ਜਾ ਰਿਹਾ ਜੀ ਜਿਹਦੇ ਕਰਕੇ ਉਹ ਉੱਥੇ ਰਹਿਣਾ ਚਾਹੁੰਦੇ ਨੇ ਤੇ ਉਹ ਇੱਥੇ ਨਹੀਂ ਜਿਹੜਾ ਆ ਰਹੇ ਜਿਹੜੀ ਨਿਊਜ਼ ਏਜੰਸੀਆਂ ਰਾਈਟਰ ਦੇ ਮੁਤਾਬਕ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਫੋਨ ਦੇ ਉੱਤੇ ਜਿਹੜੀ ਆ ਉਹ ਹੋਈ ਹੈ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਂ ਸਰਕਾਰੀ ਤੌਰ ਦੇ ਉੱਤੇ ਅਜੇ ਤੱਕ ਇਹਦੇ ਸੰਬੰਧੀ ਕੁਝ ਵੀ ਜਿਹੜਾ ਦੀ ਸਪਸ਼ਟੀਕਰਨ ਜਾਂ ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਉਹ ਨਹੀਂ ਦਿੱਤਾ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੋਰਿਸ ਜான்ਸਨ ਨੇ ਉਹਨਾਂ ਦਾ ਇਹ ਦੌਰਾ ਜਿਹੜਾ ਦੀ ਉਹ ਰੱਦ ਹੋਣ ਦੇ ਪਿੱਛੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਦੀ ਕਿਸਾਨ ਅੰਦੋਲਨ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ ਇਹ ਵੀ ਇੱਕ ਕਾਰਨ ਜਿਹੜਾ ਉਹ ਹੈਗਾ ਚਾਹੇ ਉਹਨਾਂ ਨੇ ਇਹਦਾ ਐਕਸਕਿਊਜ਼ ਜਿਹੜਾ ਦੀ ਉਹ ਕੋਵਿਡ 19 ਨੂੰ ਕਿਉਂ ਨਾ ਬਣਾਇਆ ਹੋਵੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਜਿਹੜਾ ਉਹ ਇਸ ਵੇਲੇ ਕੋਵਿਡ 19 ਦੀ ਵਜ੍ਹਾ ਕਰਕੇ ਖਾਸ ਤੌਰ ਦੇ ਦਿੱਤੇ ਜਿਹੜਾ ਜੀ ਨਵਾਂ ਸ਼ੁਰੂ ਹੋਇਆ ਦੌਰ ਇਹਦੇ ਇਹਦੇ ਕਰਕੇ ਜਿਹੜਾ ਜੀ ਉਹ ਮੁਸੀਬਤ ਚ ਫਸਿਆ ਬਹੁਤੇ ਮੁਲਕਾਂ ਦੇ ਨਾਲ ਉਹ ਕਟਿਆ ਵੀ ਜਿਹੜਾ ਇਹ ਨਵਾਂ ਸਟ੍ਰੇਨ ਹੈ ਉਹਦੇ ਕਰਕੇ ਜਾ ਰਿਹਾ ਜੀ ਇਹ ਇਹ ਰੀਜ਼ਨ ਹੈਗਾ ਜਿੱਥੋਂ ਤਾਂ ਇੱਕ ਰਿਐਕਸ਼ਨ ਦੀ ਤੁਸੀਂ ਗੱਲ ਪੁੱਛੀ ਜਿਹੜੀਆਂ ਕਿਸਾਨ ਦੇ ਦਿੱਤੇ ਬੰਦੀਆਂ ਦੇ ਆਗੂ ਜਿਹੜੇ ਸੀ ਉਹਨਾਂ ਦਾ ਇਹਦੇ ਉੱਤੇ ਰਿਐਕਸ਼ਨ ਤੁਰੰਤ ਜਿਹੜਾ ਦੀ ਉਹ ਜ਼ਰੂਰ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਮੇਟਨ ਦੇ ਪ੍ਰਾਈਮ ਮਿਨਿਸਟਰ ਦਾ ਕਿ ਉਹਨਾਂ ਨੇ ਸਾਡੇ ਜਿਹੜਾ ਸਨੇਹਾ ਸੀ ਉਹਨੂੰ ਐਕਸੈਪਟ ਕਰ ਲਿਆ ਤੋ ਇੱਥੇ ਭਾਰਤ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਦੁਨੀਆ ਭਰ ਦੇ ਵਿੱਚ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਬਹੁ ਗਿਣਤੀ ਹੈ ਭਾਈਚਾਰੇ ਦੀ ਉੱਥੇ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਥਾਂ ਥਾਂ ਦੇ ਉੱਤੇ ਰੋਸ ਰੈਲੀਆਂ ਰੋਸ ਮਜਾਰੇ ਜਿਹੜੇ ਦੀ ਹੋਏ ਆ ਔਰ ਜਿਹੜੇ ਬ੍ਰਿਟਨ ਦੇ ਵਿੱਚ ਖਾਸ ਤੌਰ ਦੇਤੇ ਜਿਹੜੇ ਵੱਡੀ ਗਿਣਤੀ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਚਿੱਠੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਲਿਖੀ ਸੀ ਔਰ ਇਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬ੍ਰਿਟਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਦੀ ਉਹ ਕਾਫੀ ਉਥਲ-ਪੁਥਲ ਵਾਲੇ ਜਿਹੜੇ ਦੀ ਉਹ ਹੈਗੇ ਆ ਔਰ ਬ੍ਰਿਟਨ ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਜਿਹੜੀ ਬ੍ਰੈਗਜ਼ਿਟ ਟ੍ਰੇਡ ਡੀਲ ਸੀਗੀ ਜੀ ਉਹ ਪੂਰੀ ਹੋਈ ਆ ਜੌਨਸਨ ਦੀ ਇਹਨੂੰ ਜਿੱਤ ਮੰਨਿਆ ਗਿਆ ਯੂਰਪ ਦੇ ਜਿਹੜੀ ਸਰਹੱਦਾ ਜੀ ਉਹਦੇ ਉੱਤੇ ਆਵਾਜਾਈ ਬੰਦ ਹੋਣ ਦੇ ਨਾਲ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਦੇ ਉੱਤੇ ਅਸਰ ਜਿਹੜਾ ਜੀ ਉਹ ਪਿਆ ਇਹ ਸਬਕਾਸੇ ਦੇ ਵਿੱਚ ਕਿਉਂਕਿ ਇਹਦਾ ਜਿਹੜਾ ਜੀ ਪ੍ਰतिकਰਮ ਨਾ ਆਉਣਾ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਪੂਰਾ ਦਿਨ ਬੀਤ ਜਾਣਾ ਸਰਕਾਰ ਦੇ ਵੱਲੋਂ ਆਫੀਸ਼ੀਅਲੀ ਕੋਈ ਇਹਦੇ ਉੱਤੇ ਪ੍ਰतिकਰਮ ਨਾ ਆਉਣਾ ਇਹ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਨਾ ਜੀ ਵੀਰੇ ਨੇ ਉਹ ਖੜੇ ਕਰ ਲਿਆ ਉਹ ਸਵਾਲ ਇਸ ਕਰਕੇ ਜਿਹੜੇ ਦੀ ਉਹ ਖੜੇ ਹੋ ਰਹੇ ਨੇ ਕਿ ਜਿਹੜਾ ਐਕਸਕਿਊਜ਼ ਦੱਸਿਆ ਜਾ ਰਿਹਾ ਉਹ ਸ਼ਾਇਦ ਜਿਹੜਾ ਦੀ ਉਹ ਨਹੀਂਗਾ ਇਹ ਕਿਸਾਨ ਅੰਦੋਲਨ ਦਾ ਅਸਰ ਜੇ ਬਹੁਤਾ ਨਹੀਂ ਤੇ 50 50 ਆਪਾਂ ਜਿਹੜਾ ਦੀ ਉਹ ਲਾ ਕੇ ਚੱਲੀਏ ਕਿ 50 50 ਇਹ ਦੌਰਾਨ ਰੱਦ ਹੋਣ ਦਾ ਇੱਕ ਜਿਹੜਾ ਕਾਰਨ ਹੈ ਉਹ ਕਿਸਾਨ ਅੰਦੋਲਨ ਦਾ ਦਬਾਅ ਤੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਖਾਸ ਤੌਰ ਦੇ ਤੇ ਲਿਖੀ ਗਈ ਚਿੱਠੀਆਂ ਜੀ ਪਰ ਉਹ ਸਾਹਿਬ ਹੁਣ ਕਿਸਾਨ ਅੰਦੋਲਨ ਨੂੰ ਮਾਫ ਕਰਨਾ ਗਣਤੰਤਰ ਦਿਵਸ ਨੂੰ ਐਗਜ਼ੈਕਟਲੀ 3 ਹਫ਼ਤੇ ਰਹਿ ਗਏ ਨੇ ਤੇ ਹੁਣ 26 ਜਨਵਰੀ ਨੂੰ ਜਿਹੜੀ ਰੈਲੀ ਕੱਢੀ ਜਾਣੀ ਸੀ ਕਿਸਾਨਾਂ ਵੱਲੋਂ ਉਹ ਹੁਣ ਕਹਿੰਦੇ ਵੀ ਉਹ ਜਿਹੜਾ ਟ੍ਰੇਲਰ ਆ ਉਹਦਾ ਇੱਕ ਜਿਹੜੀ ਪਹਿਲਾ ਝਲਕ ਹੋਏਗੀ ਉਹ ਹੁਣ ਕਹਿੰਦੇ 7 ਤਰੀਕ ਨੂੰ ਦਿਖਾਵਾਂਗੇ ਵੀ 26 ਤਰੀਕ ਵਾਲੀ ਰੈਲੀ 7 ਵਾਲੀ ਨਾਲੋਂ ਵੀ ਕਿਤੇ ਵੱਡੀ ਹੋਏਗੀ ਬਿਲਕੁਲ ਜੀ ਐਕਚੁਅਲੀ ਪਹਿਲੀ ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਕੁਝ ਐਲਾਨ ਕੀਤੇ ਸੀਗੇ ਆਖਿਆ ਸੀਗਾ ਕਿ ਜਿਹੜੀ 4 ਜਨਵਰੀ ਨੂੰ ਮੀਟਿੰਗ ਹੋਣੀ ਆ ਕੇਂਦਰ ਦੇ ਨਾਲ ਹੂੰ ਹੂੰ ਉਹਦੇ ਵਿੱਚੋਂ ਕੀ ਨਿਕਲਦਾ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਉਹਨਾਂ ਨੇ ਕੁਝ ਪ੍ਰੋਗਰਾਮ ਉਲੀਕੇ ਸੀਗੇ ਜਿਹਦੇ ਵਿੱਚ 6 ਤਰੀਕ ਨੂੰ ਟਰੈਕਟਰ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਇੱਥੇ ਐਕਚੁਅਲੀ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜੀ ਬਹੁਤ ਵੱਡੀਆਂ ਮੁਸ਼ਕਲਾਂ ਸੜਕਾਂ ਦੇ ਉੱਤੇ ਬੈਠੇ ਕਿਸਾਨ ਭਾਈਚਾਰੇ ਦੇ ਵਾਸਤੇ ਖੜੀਆਂ ਹੋਈਆਂ ਨੇ ਜੀ ਜਿਹੜੇ ਤੰਬੂ ਨੇ ਉਹਨਾਂ ਦੇ ਅੰਦਰ ਪਾਣੀ ਵੜ ਗਿਆ ਬਿਸਤਰੇ ਭਿੱਜ ਗਏ ਰਜਾਈਆਂ ਭਿੱਜ ਗਈਆਂ ਜਿਹੜੀ ਠੰਡ ਹੈ ਸੀਤ ਲਹਿਰ ਨੇ ਜ਼ੋਰ ਜਿਹੜਾ ਦੀ ਉਹ ਫੜਿਆ ਹੂੰ ਹੂੰ ਔਰ ਇਸ ਟਾਈਮ ਵੀ ਹੁਣੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਬਾਹਰ ਮੀਂਹ ਪੈ ਰਿਹਾ ਜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਰਫਬਾਰੀ ਹੋਈ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਫਬਾਰੀ ਜਿਹੜੀ ਪਿਛਲੇ 2 ਦਿਨ ਤੋਂ ਹੋ ਰਹੀ ਆ ਬਹੁਤ ਸਾਰੇ ਲੋਕ ਉੱਥੇ ਫਸੇ ਆ ਖੈਰ ਉਹਨੂੰ ਪਾਸੇ ਜਿਹੜਾ ਦੀ ਉਹ ਕਰਕੇ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਉਹ ਮੌਸਮ ਖੁੱਲ ਜਾਣ ਦੀ ਸੰਭਾਵਨਾ ਜਿਹੜੀ ਉਹ ਮੌਸਮ ਵਿਭਾਗ ਨੇ ਜਿਹੜੀ ਉਹਦੀ ਜਾਣਕਾਰੀ ਹੈ ਉਹਦੇ ਮੁਤਾਬਕ ਹੈ ਹੂੰ ਹੂੰ ਕਿਉਂਕਿ ਇਹ ਕੱਲ ਨੂੰ ਸੀਗਾ ਜੀ ਟਰੈਕਟਰ ਮਾਰਕ ਔਰ ਕਿਸਾਨਾਂ ਨੇ ਮੌਸਮ ਦੀ ਖਰਾਬੀ ਦੀ ਵਜ੍ਹਾ ਕਰਕੇ ਇਹਨੂੰ ਕਰ ਦਿੱਤਾ 7 ਨੂੰ ਹੂੰ ਹੂੰ 7 ਤਰੀਕ ਨੂੰ ਭਾਵ ਕਿ ਵੀਰਵਾਰ ਨੂੰ ਇਹ ਟਰੈਕਟਰ ਮਾਰਕ ਜਿਹੜਾ ਇਹ ਕੇਐਮਪੀ ਹਾਈਵੇ ਤੋਂ ਜਿਹੜਾ ਸਟਾਰਟ ਹੋਊਗਾ ਇਹ ਹੈਗਾ ਜੀ ਕੁੰਡਲੀ ਮਾਨੇਸਰ ਪਲਵਲ ਇਹ ਜਿਹੜਾ ਹਾਈਵੇ ਇਹਨੂੰ ਜਿਹੜਾ ਉਹ ਜੋੜਦਾ ਇਹਦੇ ਉੱਤੇ ਜੀ ਕੁੰਡਲੀ ਬਾਰਡਰ ਟਿਕਰੀ ਬਾਰਡਰ ਗਾਜੀਪੁਰ ਬਾਰਡਰ ਪਲਵਲ ਰਿਵਾਸਨ ਇੱਥੋਂ ਸਾਰੇ ਜਗ੍ਹਾ ਤੋਂ ਟਰੈਕਟਰ ਮਾਰਕ ਜਿਹੜਾ ਇੱਕ ਦੂਜੇ ਵੱਲ ਨੂੰ ਜਿਹੜਾ ਉਹ ਜਾਊਗਾ ਕੁੰਡਲੀ ਤੋਂ ਜਿਹੜਾ ਹੈ ਜੀ ਉਹ ਗਾਜੀਪੁਰ ਵੱਲ ਨੂੰ ਜਾਊਗਾ ਗਾਜੀਪੁਰ ਵਾਲਾ ਜਿਹੜਾ ਜੀ ਉਹ ਪਲਵਲ ਨੂੰ ਆਪਣੇ ਇਥੇ ਸ਼ਾਹਜਹਾਂਪੁਰ ਨੂੰ ਜਿਹੜਾ ਜਾਊਗਾ ਟਿਕਰੀ ਵਾਲਾ ਜਿਹੜਾ ਜੀ ਉਹ ਗਾਜੀਪੁਰ ਨੂੰ ਜਾਊਗਾ ਤੇ ਪਲਵਲ ਵਾਲੇ ਪਾਸੇ ਨੂੰ ਜਿਹੜਾ ਜੀ ਉਹ ਜਾਊਗਾ ਚਾਰ ਚਫੇਰੇ ਤੋਂ ਦਿੱਲੀ ਜਿਹੜੀ ਆ ਉਹ ਟਰੈਕਟਰਾਂ ਦੇ ਨਾਲ ਘੇਰੀ ਜਾਊਗੀ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਆਖੀ ਆ ਕਿ ਅਸੀਂ 26 ਜਨਵਰੀ ਦਾ ਟਰੈਲਰ 7 ਤਰੀਕ ਨੂੰ 7 ਜਨਵਰੀ ਨੂੰ ਸਰਕਾਰ ਨੂੰ ਵਿਖਾਵਾਂਗੇ ਵੀ ਜਿਹੜੀ ਇਸ ਵਾਰੀ ਗਣਤੰਤਰ ਦਿਵਸ ਦੇ ਉੱਤੇ ਕਿਸਾਨ ਪਰੇਡ ਹੋਣੀ ਆ ਉਹ ਕਿਹੋ ਜਿਹੀ ਹੋ ਸਕਦੀ ਆ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਤਿਰੰਗਾ ਝੰਡਾ ਲਾ ਕੇ ਇਹ ਟਰੈਕਟਰ ਜਿਹੜੇ ਨੇ ਉਹ ਹਾਈਵੇ ਦੇ ਉੱਤੇ ਕੂਚ ਕਰਨਗੇ ਔਰ ਚਫੇਰਿਓਂ ਦਿੱਲੀ ਨੂੰ ਜਿਹੜਾ ਉਹ ਜਾਮ ਕਰ ਦੇਣਗੇ ਇਹ ਪਹਿਲੀ ਵਾਰੀ ਆ ਜਦੋਂ ਤਾਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਕਿ ਅੱਜ ਪ੍ਰਧਾਨ ਮੰਤਰੀ ਹਰਾਂ ਨੇ 20 ਮਿੰਟ ਦੇ ਵਾਸਤੇ ਪੰਜਾਬ ਦੇ ਦੋ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸੱਦਿਆ ਸੀ ਸੁਜੀਤ ਕੁਮਾਰ ਜਿਆਣੀ ਹਰਜੀਤ ਸਿੰਘ ਗਰੇਵਾਲ ਨੂੰ ਉਹਨਾਂ ਦੇ ਨਾਲ ਕੋ ਪੌਣੇ 2 ਘੰਟੇ ਗੱਲਬਾਤ ਹੋਈ ਆ ਕੀ ਹੋਈ ਆ ਉਹ ਬਾਹਰ ਆ ਕੇ ਨਹੀਂ ਕੁਝ ਵੀ ਜਿਹੜਾ ਦੀ ਉਹ ਦੱਸ ਰਹੇ ਪਰ ਗੱਲਬਾਤ ਅੰਦਰ ਗਰਾਉਂਡ ਰਿਐਲਿਟੀ ਤੋਂ ਜਿਹੜੀ ਦੀ ਉਹ ਲਈ ਗਈ ਆ ਕਿ ਇੱਥੋਂ ਦੇ ਹਾਲਾਤ ਜਿਹੜੇ ਉਹ ਕੀ ਨੇ ਇਹ ਨਹੀਂ ਪਤਾ ਵੀ ਇਹ ਚਾਪਲੂਸੀ ਮਾਰ ਕੇ ਆਏ ਆ ਜਾਂ ਅੰਦਰ ਜਾਂ ਅਸਲ ਕਹਾਣੀ ਜਿਹੜੀ ਆ ਜੀ ਉਹ ਦੱਸ ਕੇ ਆਏ ਆ ਤੇ ਕੀ ਜਿਹੜੀ ਉਹ ਬਣੀ ਹੋਈ ਆ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਹੋਊਗੀ ਆਫਟਰ ਆਲ ਖੁਫੀਆ ਏਜੰਸੀਆਂ ਕੱਲੀ-ਕੱਲੀ ਗੱਲ ਜਿਹੜੀ ਆ ਜੀ ਉਹ ਦੱਸ ਰਹੀਆਂ ਹੋਣਗੀਆਂ ਅਚਾ ਹੁਣ ਜਿਹੜੀ 7 ਤਰੀਕ ਆ ਉਸ ਦਿਨ ਜਿਹੜਾ ਇਹਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਉਹ ਗਲਿਚ ਹੈ ਜੀ ਉਹ ਇਹ ਆ ਸਕਦਾ ਹੈ ਕਿ ਹਰਿਆਣਾ ਪੈਂਦਾ ਬਹੁਤੀ ਜਗ੍ਹਾ ਦੇ ਉੱਤੇ ਜੀ ਹਰਿਆਣਾ ਜਿਹੜਾ ਹੈ ਨਾ ਜੀ ਉਹ ਉਹਦੇ ਹਾਲਾਤ ਮਨੋਹਰ لال ਖੱਤਰ ਹੋਰਾਂ ਦੇ ਇਹ ਬਣੇ ਹੋਇਆ ਵੀ ਤੂੰ ਕੌਣ ਮੈਂ ਖਾਮਖਾ ਉਹ ਤੀਜੇ ਥਾਂ ਆ ਕੇ ਜਿਹੜਾ ਭੜ ਰਿਹਾ ਚਾਹੇ ਉਹ ਪੰਜਾਬ ਦੇ ਵਿੱਚੋਂ ਜਾਣ ਵਾਲੇ ਕਿਸਾਨਾਂ ਦੇ ਰਾਹ 'ਚ ਪੁੱਟੇ ਗਏ ਟੋਏ ਹੋਣ ਲਾਈਆਂ ਗਈਆਂ ਰੋਕਾਂ ਹੋਵੇ ਛੁੱਟੇ ਗਏ ਅਥਰੂ ਗੈਸ ਦੇ ਗੋਲੇ ਹੋਣ ਭਰਾਇਆ ਗਿਆ ਪਾਣੀ ਹੋਵੇ ਤੇ ਚਾਹੇ ਸ਼ਾਜਹਾਂਪੁਰ ਬਾਰਡਰ ਦੇ ਉੱਤੇ ਰਾਜਸਥਾਨ ਤੋਂ ਆਏ ਦਾ ਦੂਜੇ ਸੂਬਿਆਂ ਤੋਂ ਆਏ ਜਿਹੜੇ ਕਿਸਾਨ ਨੇ ਜਿਹੜੇ ਦਿੱਲੀ ਵੱਲ ਨੂੰ ਵਧਣ ਦੇ ਯਤਨਾਂ ਦੇ ਵਿੱਚ ਨੇ ਉਹਨਾਂ ਦੇ ਨਾਲ ਲਿਆ ਗਿਆ ਪੰਗਾ ਹੋਵੇ ਹੁਣ ਵੇਖਣਾ ਇਹ ਹੋਊਗਾ ਕਿ ਆਪਣੇ ਨੰਬਰ ਬਣਾਉਣ ਦੇ ਵਾਸਤੇ ਕਿਤੇ ਹਾਈਵੇ ਨੂੰ ਚੜ੍ਹਦੇ ਜਿਹੜੇ ਰੈਂਪ ਨੇ ਉਹਨਾਂ ਨੂੰ ਪੱਟਣ ਤਾਂ ਨਹੀਂ ਤੁਰ ਪੈਂਦੇ ਮਨੋਲਾਲ ਖੱਟੜ ਵੀ ਜੇ ਪੱਟਣ ਨੂੰ ਜਿਹੜਾ ਦੀ ਉਹ ਤੁਰ ਪੈਂਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜਾ ਜੀ ਟਕਰਾਓ ਸ਼ੁਰੂ ਹੋਊਗਾ ਹਾਲਾਂਕਿ ਜਿਹੜੇ ਇੱਕ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੇ ਚੰਡੀਗੜ੍ਹ ਆ ਜੀ ਉਹਨਾਂ ਦੇ ਸਟੂਡੈਂਟਸ ਨੇ ਇੱਕ ਚਿੱਠੀ ਲਿਖੀ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਿਹਦੇ ਵਿੱਚ ਉਹਨਾਂ ਨੇ ਸੜਕਾਂ ਪੁੱਟਣ ਵਾਲਾ ਮਾਮਲਾ ਉਠਾਇਆ ਸੀ ਉਹਨੂੰ ਸੁਪਰੀਮ ਕੋਰਟ ਨੇ ਪੀਆਈਐਲ ਦੇ ਵਿੱਚ ਜਿਹੜਾ ਦੀ ਉਹ ਕਨਵਰਟ ਕਰਤਾ ਪਬਲਿਕ ਇੰਟਰਸਟ ਪਲੀਟੀਗੇਸ਼ਨ ਦੇ ਵਿੱਚ ਉਹਦੀ ਸੁਣਵਾਈ ਜਿਹੜੀ ਦੀ ਉਹ ਹੋਊਗੀ ਉਹ ਉਹਦੇ ਵਿੱਚ ਇਹੀ ਆ ਕਿ ਇੱਕ ਮੁੱਖ ਮੰਤਰੀ ਦਾ ਸਰਕਾਰ ਹਾਈਵੇ ਕਿਵੇਂ ਪੁੱਟ ਸਕਦੀ ਹੈ ਹਮ ਇੱਕ ਸਿਰਫ ਇਹਸ ਕਰਕੇ ਕਿ ਐਜੀਟੇਸ਼ਨ ਤੇ ਜਾਣ ਤੇ ਰੁਕਣ ਦੇ ਵਾਸਤੇ ਸੋ ਇਹ ਪੁਆਇੰਟ ਜਿਹੜੇ ਨੇ ਬਹੁਤ ਅਹਿਮ ਨੇ 7 ਤਰੀਕ ਜਿਹੜੀ ਅੱਧੀ ਮੇਰੀ ਦਾਚੇ ਬਹੁਤ ਵੱਡਾ ਇੱਕ ਰੋਲ ਲਵਾਉਗੀ ਜੀ ਭਵਿੱਖ ਦੀ ਰਣਨੀਤੀ ਦੇ ਉੱਤੇ ਖਾਸ ਤੌਰ ਦੇਤੇ ਉਹ ਰਣਨੀਤੀ ਚਾਹੇ ਸਰਕਾਰ ਦੀ ਹੈ ਚਾਹੇ ਉਹ ਕਿਸਾਨ ਜਥੇਬੰਦੀਆਂ ਦੀ ਜੜੀ ਦੀ ਉਹ ਰਣਨੀਤੀ ਆ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ 1 ਲੱਖ ਤੋਂ ਉੱਪਰ ਟਰੈਕਟਰ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਿਹੜਾ ਦੀ ਉਹ ਚਫੇਰੇ ਤੋਂ ਆਜੂਗਾ ਤੇ ਕਿਸਾਨ ਇਸ ਵਾਰੀ ਗਣਤੰਤਰ ਦਿਵਸ ਦੀ ਪ੍ਰੇਡ ਆਪਣੇ ਤਰੀਕੇ ਦੇ ਨਾਲ ਕਰਨਗੇ ਉਹ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਇਸ ਵੇਲੇ ਦਬਾਅ ਦੇ ਵਿੱਚ ਜਿਹੜਾ ਦੀ ਉਹ ਆਜੂਗੀ ਵੇਖਣਾ ਇਹ ਹੋਊਗਾ ਸਤ ਨੂੰ ਕਿੰਨੇ ਟਰੈਕਟਰ ਜਿਹੜੇ ਉਹ ਚੜਨ ਦਿੱਤੇ ਜਾਂਦੇ ਆ ਤੇ ਕਿੱਧਰ ਨੂੰ ਜਾਂਦੇ ਆ ਕਿਸਾਨਾਂ ਨੇ ਇਹ ਵੀ ਉਲੀਕਿਆ ਕਿ ਹਰ ਪਿੰਡ ਹਰ ਘਰ ਦੇ ਵਿੱਚ ਜਾ ਕੇ ਜਿਹੜਾ ਦੀ ਉਹ ਸੁਨੇਹਾ ਲਾਇਆ ਜਾਊਗਾ ਪੰਜਾਬ ਹਰਿਆਣਾ ਚ ਖਾਸ ਤੌਰ ਦੇ ਉਤੇ 1 26 ਜਨਵਰੀ ਦਿੱਲੀ ਚਲੋ ਚਾਹੇ ਘਰ ਦਾ ਇੱਕ ਜੀ ਹੀ ਹੋਵੇ ਉਸ ਪ੍ਰੇਡ ਦੇ ਵਿੱਚ ਸ਼ਾਮਲ ਹੋਣ ਲਈ ਜੀ ਕਿਉਂਕਿ ਪੰਨੂ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਪਹਿਲਾਂ ਗੱਲ ਕੀਤੀ ਸੀ ਉਹਨਾਂ ਨੇ ਤੇ ਜਦੋਂ ਇਹ ਗੱਲ ਕਹੀ ਗਈ ਸੀ ਵੀ ਸਰਕਾਰ ਰਾਹ ਰੋਕ ਕੇ ਬੈਠੇ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਰਾਹ ਤੇ ਸਰਕਾਰ ਨੇ ਨਹੀਂ ਕਿਸਾਨਾਂ ਨੇ ਨਹੀਂ ਰੋਕਿਆ ਉਹ ਤਾਂ ਸਰਕਾਰ ਨੇ ਰਾਹ ਰੋਕਿਆ ਹੋਇਆ ਇਸ ਕਰਕੇ ਉਹਨੂੰ ਰੁਕਣਾ ਪਿਆ ਪਰ ਉਸ ਗੱਲ ਦਾ ਜਿਹੜੀ ਉਹ ਝਾੜਪਈ ਦਾ ਵੀ ਹਲੇ ਤੱਕ ਅਸਰ ਕੋਈ ਨਹੀਂ ਹੋਇਆ ਕਿਉਂਕਿ ਤੁਸੀਂ ਜਿਵੇਂ ਉਹ ਰਿਪੋਰਟ ਦੱਸੀ ਸੀ ਮੈਂ ਵੀਡੀਓ ਵੀ ਦੇਖੀ ਸੀ ਤੁਹਾਡੇ ਸੋਸ਼ਲ ਮੀਡੀਆ ਪੇਜ ਤੇ ਜਿਹੜੇ ਜੈਪੁਰ ਵਾਲੇ ਪਾਸਿਓਂ ਕਿਸਾਨ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਕਿਸ ਤ ਕਦਰ ਰੋਕਣ ਵਾਸਤੇ ਹਰਿਆਣਾ ਦੀ ਪੁਲਿਸ ਵੱਲੋਂ ਅਥਰੂ ਗੈਸ ਦੇ ਕਿੰਨੇ ਗੋਲੇ ਦਾਗੇ ਗਏ ਤੁਸੀਂ ਕੱਲ ਡਿਟੇਲ ਸਹਿਤ ਉਹ ਰਿਪੋਰਟ ਸਾਂਝੀ ਕੀਤੀ ਸੀ ਸੋ ਉਸੇ ਤਰ੍ਹਾਂ ਦੀ ਸਥਿਤੀ ਕਿਤੇ 7 ਤਾਰੀਖ ਨੂੰ ਬਨਣ ਦੇ ਆਸਾਰ ਨਾ ਹੋਣ ਤਾਂ ਬਿਤਰ ਰਹੇਗਾ ਬਿਲਕੁਲ ਜੀ ਦੇਖੋ ਬਿਹਤਰ ਤਾਂ ਵਕਿਆ ਹੀ ਜਿਹੜਾ ਜੀ ਉਹ ਰਹੂਗਾ ਕਿ ਟਕਰਾਓ ਨਾ ਹੋਵੇ ਕਿਉਂਕਿ ਟਕਰਾਓ ਦੇ ਵਿੱਚ ਜਿਹੜਾ ਜੀ ਉਹ ਨੁਕਸਾਨ ਜਿਹੜਾ ਹੁੰਦਾ ਹੁਣ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਜਿਹੜੇ ਸਟੈਪ ਉਹਨਾਂ ਦੇ ਇੱਕ ਇੱਕ ਸਟੈਪ ਰਿਹਾ ਜੀ ਉਹ ਕਮਾਲ ਦੇ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਇਸ ਐਡੀਟੇਸ਼ਨ ਨੂੰ ਇੱਥੋਂ ਤੱਕ ਜਿਹੜਾ ਉਹ ਲੈ ਕੇ ਆਏ ਆ ਔਰ ਇਹ ਟਕਰਾਓ ਵਕਿਆ ਹੀ ਨਾ ਬਣੇ ਕਿਉਂਕਿ ਇੱਕ ਸਿੰਗਲ ਵੀ ਜਿਹੜਾ ਦੀ ਕਿਸੇ ਵਿਅਕਤੀ ਦਾ ਜਾਣੀ ਤੌਰ ਦੇ ਉੱਤੇ ਜਿਹੜਾ ਉਹ ਨੁਕਸਾਨ ਹੋਣਾ ਉਹ ਵੀ ਜਿਹੜਾ ਦੀ ਉਹ ਨਹੀਂ ਮੰਨਿਆ ਜਾ ਸਕਦਾ ਮਤਲਬ ਕਿ ਇਸ ਕਰਕੇ ਨਹੀਂ ਕਿ 18 ਸਾਲ ਦੇ ਮੁੰਡੇ ਦੀ ਇੱਕ ਦੀ ਡੈਥ ਜਿਹੜੀ ਇਹਦੀ ਉਹ ਹੋਈ ਆ ਹਾਰਟ ਅਟੈਕ ਦੇ ਨਾਲ ਅੱਛਾ ਉਹ ਉਹ ਕੱਲਾ ਕੱਲਾ ਪੁੱਤ ਸੀਗਾ ਜੀ 15 ਲੱਖ ਰੁਪਏ ਦਾ ਕਰਜ਼ਾ ਉਸ ਪਰਿਵਾਰ ਦੇ ਸਿਰ ਦੇ ਉੱਤੇ ਉਹਦਾ ਅੰਤਮ ਸੰਸਕਾਰ ਕੱਲ ਹੋਇਆ ਪੂਰਾ ਇਲਾਕਾ ਰੋ ਰਿਹਾ ਸੀਗਾ ਜੀ ਉਹ ਉਹ ਫੌਜ ਚ ਭਰਤੀ ਹੋਣਾ ਚਾਹੁੰਦਾ ਸੀਗਾ ਤੁਸੀਂ ਦੇਖੋ ਜਿਹੜੀ ਚੀਜ਼ ਮਤਲਬ ਕਿ ਵੀ ਇਹ ਲੋਕ ਕੌਣ ਨੇ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਆ ਇਹ ਸਰਹੱਦਾਂ ਦੇ ਉੱਤੇ ਲੜਨ ਵਾਲੇ ਲੋਕ ਨੇ ਉਹ ਫੌਜ 'ਚ ਭਰਤੀ ਹੋ ਕੇ ਆਪਣੇ ਪਿਓ ਦੇ ਸਿਰ ਚੜਿਆ ਕਰਜ਼ਾ ਜਿਹੜਾ ਦੀ ਉਹ 15 ਲੱਖ ਰੁਪਏ ਦਾ ਲਾਉਣਾ ਚਾਹੁੰਦਾ ਸੀਗਾ ਨਹੀਂ ਚਲੋ ਉਹ ਲੱਤ ਸਕਿਆ ਉਹ ਆਪਣੀ ਜਗ੍ਹਾ ਦੇ ਉੱਤੇ ਆ ਪਰ ਇਹ ਆ ਕਿ ਇਹੋ ਜਿਹੜੀ ਮੌਤ ਆ ਕੋਈ ਇੱਕ ਸਿੰਗਲ ਵੀ ਜਿਹੜੀ ਉਹ ਹੋਣੀ ਇੱਥੇ ਤਾਂ 57 ਲਾਸ਼ਾਂ ਜਿਹੜੀਆਂ ਦੀ ਉਹ ਆ ਚੁੱਕੀਆਂ ਹੋਈਆਂ ਨੇ ਹੁਣ ਤੱਕ ਦੀ ਜਿਹੜੀ ਸਟ੍ਰੈਟਜੀ ਆ ਉਹ ਬਿਲਕੁਲ ਜਿਹੜੀ ਉਹ ਸਹੀ ਆ ਅੱਗੋਂ ਵੀ ਘੱਟੋ ਘੱਟ ਟਕਰਾਓ ਜਿਹੜਾ ਦੀ ਉਹਦੇ ਤੋਂ ਬਚਣ ਦੀ ਲੋੜ ਆ ਪਰ ਪ੍ਰੋਬਲਮ ਜਿਹੜੀ ਜਾਂ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਯੂਥ ਆ ਕੇ ਪੂਰੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬਹਿ ਗਿਆ ਕਿੰਨੀ ਦੇਰ ਤੱਕ ਇਹ ਜਿਹੜਾ ਹੋਸ਼ ਹੈ ਬਹੁਤ ਉਸ ਵਾਰੀ ਰੱਖੂਗਾ ਜੀ ਜਿਸੇ ਪਰਨੋ ਸਾਹਿਬ ਜਿਹੜੇ ਕਿਸਾਨ ਉਸ ਵੇਲੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਜੈਪੁਰ ਵਾਲੇ ਪਾਸਿਓਂ ਜਿਨ੍ਹਾਂ ਨੂੰ ਰੋਕਿਆ ਗਿਆ ਸੀ ਵੀਕਐਂਡ ਤੇ ਕੀ ਦਿੱਲੀ ਦੇ ਬਾਰਡਰ ਤੱਕ ਪਹੁੰਚਣ ਦੇ ਵਿੱਚ ਉਹ ਕਾਮਯਾਬ ਹੋ ਸਕੇ ਜੀ ਫਿਰ ਨਹੀਂ ਜੀ ਉਹ ਉਹਨਾਂ ਦੇ ਵਿੱਚੋਂ ਤਕਰੀਬਨ 75% ਕਿਉਂਕਿ ਮੈਂ ਉਸ ਦਿਨ ਉੱਥੇ ਸੀਗਾ ਐਤਵਾਰ ਦਸਨ ਤੇ ਉਹ 75% ਜਿਹੜਾ ਉਹ ਗਰੁੱਪ ਹੈ ਜੀ ਉਹ ਆ ਗਿਆ ਰਵਾੜੀ ਰੋਡ ਤੱਕ ਦਿੱਲੀ ਜੈਪੁਰ ਹਾਈਵੇ ਦੇ ਉੱਤੇ ਕੁਝ ਜਿਹੜਾ 25% ਨੇ ਉਹ ਪਿੱਛੇ ਸਟਕ ਹੋ ਗਏ ਉਸੇ ਸ਼ਾਹਜਹਾਂ ਪਰਦੇਤੇ ਔਰ ਇਹ ਕਿਆ ਜਾ ਰਿਹਾ ਜਿਹੜਾ 7 ਤਰੀਕ ਨੂੰ ਇਹ ਟਰੈਕਟਰ ਮਾਰਚ ਹੋਣਾ ਹੂੰ ਹੂੰ ਉਹ ਉਹਨਾਂ ਲੋਕਾਂ ਨੂੰ ਦਿੱਲੀ ਸਰਹੱਦ ਤੱਕ ਲਿਆਉਣ ਦੇ ਵਾਸਤੇ ਜਿਹੜਾ ਜੀ ਉਹ ਕੋਸ਼ਿਸ਼ ਕਰੂਗਾ ਕਿਉਂਕਿ ਕਿਸਾਨ ਦੇ ਉੱਤੇ ਬੰਦੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹ ਵਿੱਚ ਵਿਚਾਲੇ ਕਿਉਂ ਅੜਿੱਕਾ ਜਿਹੜਾ ਦੀ ਉਹ ਢਾਹਣਾ ਚਾਹੁੰਦੀ ਆ ਵੀ ਜੇ ਦਿੱਲੀ ਦੀ ਪੁਲਿਸ ਸਾਨੂੰ ਰੋਕੂਗੀ ਅਸੀਂ ਉੱਥੇ ਬਹਿ ਜਾਵਾਂਗੇ ਤੁਸੀਂ ਇਹੋ ਜਿਹਾ ਰੋਲ ਕਿਉਂ ਨਿਭਾ ਰਹੇ ਹੋ ਕਿ ਅਸੀਂ ਹਰਿਆਣਾ ਨਹੀਂ ਤੁਹਾਨੂੰ ਜਿਹੜਾ ਦੀ ਉਹ ਲੰਘਣ ਦਿੰਦੇ ਇਹ ਕਿਸੇ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਭਾਜਨ ਲਾ ਲੜਾਨੇ ਜਦੋਂ ਲਾਈਨ ਖਿੱਚੀ ਸੀਗੀ ਜਦੋਂ ਏਸ਼ੀਆ ਹੋਏ ਸੀਗੇ ਉਸ ਟਾਈਮ ਦੇ ਉੱਤੇ ਉਹ ਕਿੰਨਾ ਲੰਮਾ ਸਮਾਂ ਇਸ ਚੀਜ਼ ਨੂੰ ਭੁਗਤਣਾ ਜਿਹੜਾ ਦੀ ਉਹ ਪਿਆ ਸੀਗਾ ਉਹ ਇੱਕ ਸੂਬੇ ਦੇ ਵਾਸਤੇ ਖਿੱਚੀ ਸੀ ਇਹ ਤਕਰੀਬਨ ਮੁਲਕ ਦੇ ਬਹੁਤੇ ਸੂਬਿਆਂ ਦੇ ਵਾਸਤੇ ਹਰਿਆਣਾ ਜਿਹੜੀ ਜੀ ਇਦਾਂ ਦੀ ਲਾਈਨ ਖਿੱਚ ਰਿਆ ਜੀ ਹੂੰ ਜੋਪਨੂ ਸਾਹਿਬ ਜਿਹੜਾ ਇੱਕ ਪੰਜਾਬ ਤੋਂ ਜਿਹੜਾ ਇੱਕ ਹਾਈਵੇ ਨਿਕਲਣਾ ਦਿੱਲੀ ਕਟੜਾ ਹਾਈਵੇ ਉਹ ਕਹਿੰਦੇ ਵੀ ਉਹਦੇ ਨਾਲ ਉਹਦੇ ਵਾਸਤੇ ਤਕਰੀਬਨ 16000 ਏਕੜ ਜ਼ਮੀਨ ਪੰਜਾਬ ਦੇ ਵਿੱਚ ਐਕਵਾਇਰ ਕੀਤੀ ਜਾਣੀ ਆ ਪਰ ਇਹਦੀ ਹੁਣ ਮੁਖਾਲਫਤ ਬਹੁਤ ਹੋ ਰਹੀ ਆ ਉਹਦੇ ਵਿੱਚ ਫਰਦਰ ਡੀਪ ਅਪਡੇਟ ਕੀ ਆ ਜੀ ਦੇਖੋ ਇੱਕ ਜਿਹੜਾ ਹਾਈਵੇ ਆ ਹਾਲਾਂਕਿ ਜਦੋਂ ਪਹਿਲਾਂ ਇਹ ਹਾਈਵੇ ਬੰਨਾ ਜਿਹੜਾ ਜੀ ਉਹ ਇਹਦੀ ਮਾਫ ਕਰਨਾ ਇਹਦੀ ਜਿਹੜੀ ਪਲੈਨਿੰਗ ਸ਼ੁਰੂ ਹੋਈ ਸੀਗੀ ਉਹਦੇ ਵਿੱਚੋਂ ਇਹ ਕੀਤਾ ਗਿਆ ਸੀਗਾ ਜੀ ਕਿ ਇਹ ਜਲੰਧਰ ਵਾਲੀ ਸਾਈਟ ਤੇ ਜਲੰਧਰ ਜਾ ਕੇ ਖਤਮ ਹੋ ਜਾਣਾ ਸੀਗਾ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਸਿਆਸਤਦਾਨਾਂ ਨੇ ਵਿੱਚ ਪੈ ਪਵਾ ਕੇ ਇਹਨੂੰ ਕਰਤਾ ਸੀ ਫਿਰ ਜਿਹੜੇ ਆਪਣੇ ਮਿਸਟਰ ਔਜਲਾ ਨੇ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਹਨਾਂ ਦੀਆਂ ਕਾਫੀ ਐਫਰਟਸ ਰਹੀਆਂ ਕਿ ਉਹ ਦੁਬਾਰਾ ਫੇਰ ਇਹਨੂੰ ਅੰਮ੍ਰਿਤਸਰ ਤੱਕ ਲੈ ਗਏ ਇਹਦਾ ਇਹਦੇ ਵਿੱਚ ਇੱਕ ਇੱਕ ਦੋ ਚੀਜ਼ਾਂ ਜਿਹੜੀਆਂ ਜੀ ਉਹ ਅਹਿਮ ਨੇ ਉਹ ਅਹਿਮ ਇਹ ਆ ਕਿ ਦੋ ਸਿਟੀ ਜਿਹੜੇ ਨੇ ਬੜੇ ਸਿੱਖ ਧਰਮ ਦੇ ਵਿੱਚ ਜਿਹੜਾ ਦੀ ਜਿੰਨਾਂ ਦਾ ਬਹੁਤ ਵੱਡੀ ਜਗ੍ਹਾ ਹੈ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਜਿਹੜੀ ਦੀ ਉਹ ਧਰਤੀ ਹੈ ਗੁਰਬਾਣੀ ਦੀ ਸ਼ੁਰੂਆਤ ਸultanpur Lodhi ਤੋਂ ਹੋਈ ਸੰਤ ਘਾਟ ਗੁਰਦੁਆਰੇ ਮੂਲ ਮੰਤਰ ਜਿਹੜਾ ਸੀਗਾ ਉਹ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਵਹੀਂ ਨਦੀ ਦੇ ਵਿੱਚੋਂ ਨਿਕਲ ਕੇ ਦੂਜਾ ਹੈ ਜੀ ਗੋਇੰਦਵਾਲ ਸਾਹਿਬ ਜਿਹੜਾ ਤੀਜੇ ਪਾਤਸ਼ਾਹ ਦੇ ਨਾਲ ਸਬੰਧਤ ਹੈ ਉਹ ਉੱਥੋਂ ਲੰਗਰ ਦੀ ਸ਼ੁਰੂਆਤ ਜਿਹੜੀ ਇਹਦੀ ਉਹ ਹੁੰਦੀ ਆ ਗੋਇੰਦਵਾਲ ਸਾਹਿਬ ਤੋਂ ਤੇ ਅਗਲਾ ਜਿਹੜਾ ਸਟੀ ਹੈਗਾ ਜੀ ਖਡੂਰ ਸਾਹਿਬ ਜਿੱਥੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਜਿਹੜਾ ਦੀ ਉਹ ਰਹੇ ਨੇ ਇਹ ਤਿੰਨ ਸ਼ਹਿਰ ਇਦਾਂ ਦੇ ਨੇ ਵੀਰੇ ਦੀ ਇਹਨਾਂ ਨੂੰ ਕੋਈ ਮੇਨ ਸੜਕ ਨਹੀਂ ਲੱਗਦੀ ਹੂੰ ਹੂੰ ਇਥੇ ਜਾਣਾ ਬੜਾ ਔਖਾ ਇਹਨਾਂ ਦੀ ਇਤਿਹਾਸ ਪੱਖੋਂ ਅਹਿਮੀਅਤ ਬੜੀ ਵੱਡੀ ਆ ਪਰ ਇਥੇ ਜਾਣਾ ਬਹੁਤ ਜਿਹੜਾ ਦੀ ਔਖਾ ਇਹ ਹਾਈਵੇ ਜਿਹੜਾ ਜਿਹੜਾ ਕਟੜਾ ਦਿੱਲੀ ਹਾਈਵੇ ਆ ਇਹ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚੋਂ ਦੀ ਲੰਘਦਾ ਇਸ ਕਰਕੇ ਤਾਂ ਇਹਦੀ ਅਹਿਮੀਅਤ ਵੱਡੀ ਹੈਗੀ ਆ ਪਰ ਜਿਹੜੇ ਕਿਸਾਨਾਂ ਦਾ ਰੋਸ ਆ ਉਹ ਬਿਲਕੁਲ ਜਾਇਜ਼ ਆ ਉਹ ਜਾਇਜ਼ ਹੈ ਇਸ ਕਰਕੇ ਆ ਇੱਥੇ ਸੰਗਰੂਰ ਭਵਾਨੀਗੜ੍ਹ ਇਹਦੇ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਦੀ ਉਹ ਪੱਕਾ ਮੋਰਚਾ ਲਾ ਕੇ ਬਹਿ ਗਏ ਆ ਜਿਹੜੇ ਇੱਥੇ ਸਰਵੇ ਕਰਨ ਆ ਰਹੇ ਆ ਉਹਨਾਂ ਨੂੰ ਅਗਵਾ ਕਰ ਲਿਆ ਸੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਹੂੰ ਹੂੰ ਔਰ ਉਹਨਾਂ ਨੂੰ ਰੋਟੀ ਪਾਣੀ ਤਾਂ ਖਵਾਉਂਦੇ ਰਹੇ ਕਹਿੰਦੇ ਅਸੀਂ ਸਰਵੇ ਨਹੀਂ ਕਰਨ ਦੇਣਾ ਘੱਟੋ ਘੱਟ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਚੱਲਦਾ ਉਨੀ ਦੇਰ ਤੱਕ ਸਰਵੇ ਨਾ ਕਰੋ ਅੱਛਾ ਰੀਜ਼ਨ ਕੀ ਆ ਰੀਜ਼ਨ ਇਹ ਆ ਕਿ ਜਦੋਂ ਬਠਿੰਡਾ ਜ਼ੀਰਕਪੁਰ ਹਾਈਵੇ ਬਣਿਆ ਉਹ ਕਿਉਂਕਿ ਉਹ ਸਟੇਟ ਹਾਈਵੇ ਆ ਜੀ ਇਹ ਨੈਸ਼ਨਲ ਹਾਈਵੇ ਆ ਸਟੇਟ ਹਾਈਵੇ ਦੇ ਵਿੱਚ ਕੀ ਹੋਇਆ ਉਦੋਂ ਅਕਾਲੀ ਬੀਜੇਪੀ ਸਰਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਹਾਈਵੇ ਕਿੱਥੋਂ ਕਿੱਥੋਂ ਦੀ ਬਣਨਾ ਹੈ ਉਹਦੇ ਉੱਤੇ ਜ਼ਮੀਨਾਂ ਜਿਹੜੀਆਂ ਸੀਗੀਆਂ ਦੀ ਉਹ ਬਹੁਤ ਸਾਰੇ ਨੇਤਾਵਾਂ ਨੇ ਅਫਸਰਾਂ ਦੇ ਨਾਲ ਮਿਲ ਕੇ ਖਰੀਦ ਲਈਆਂ ਹੂੰ ਹੂੰ ਖਰੀਦੀਆਂ ਗਈਆਂ 6 6 ਲੱਖ ਨੂੰ ਕਿੱਲਾ 8 ਲੱਖ ਨੂੰ ਕਿੱਲਾ 9 ਲੱਖ ਨੂੰ ਕਿੱਲਾ ਇਹਨੇ ਦੇ ਖਰੀਦ ਕੇ ਅੱਛਾ ਸਟੇਟ ਹਾਈਵੇ ਸੀ ਸਟੇਟ ਦੇ ਅਫਸਰਾਂ ਨੇ ਮੁੱਲ ਪਾਉਣਾ ਸੀ ਮੁੱਲ ਪਾ ਲਿਆ ਕਿੰਨਾ ਕਿੰਨਾ ਤੁਸੀਂ ਹੈਰਾਨ ਹੋਵੋਗੇ 70 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਪਰ ਕਿੱਲੇ ਦਾ ਹੂੰ ਹੂੰ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਜਿਹੜੀ ਓਨਰਸ਼ਿਪ ਸੀ ਦੀ ਉਹਨਾਂ ਲੋਕਾਂ ਦੀ ਪੈਸੇ ਬਣਾ ਲੈ ਜਾਏ ਸੀ ਸਟੇਟ ਦੇ ਸਿਰੋਂ ਉਹਨਾਂ ਹੋਰ ਤੱਕ ਕਿੱਥੋਂ ਜਾਣਾ ਹੀ ਨਹੀਂ ਸੀਗੇ ਅੱਛਾ ਡੇਢ ਡੇਢ ਕਰੋੜ ਰੁਪਈਆ ਜਦੋਂ ਕਿਲੇ ਦਾ ਮਿਲ ਗਿਆ ਜਦੋਂ ਇਹ ਹਾਈਵੇ ਦੀ ਗੱਲ ਹੋਈ ਤਾਂ ਬਹੁਤੇ ਲੋਕ ਕਹਿੰਦੇ ਸੀ ਵੀ ਸਾਡੇ ਵਾਲੇ ਵੀ ਕਿੱਲੇ ਪਵਾ ਦਿਓ ਸਾਡੇ ਵਾਲੇ ਵੀ ਕਿੱਲੇ ਪਵਾ ਦਿਓ ਡੇਢ ਕਰੋੜ ਰੁਪਈਆ ਮਿਲ ਜੂਗਾ ਅਸੀਂ ਕਿਤੇ ਹੋਰ ਜਾ ਕੇ ਲੈ ਲਾਂਗੇ ਜੀ ਹੁਣ ਜਦੋਂ ਇਹ ਹਾਈਵੇ ਦੀ ਜਿਹੜੀ ਸੀ ਉਹ ਸ਼ੁਰੂ ਹੋਈ ਸਰਵੇ ਵਗੈਰਾ ਸ਼ੁਰੂ ਹੋਇਆ ਤੇ ਰੇਟ ਕੱਢਿਆ ਕੇਂਦਰ ਦੀ ਸਰਕਾਰ ਨੇ 9 ਲੱਖ ਰੁਪਈਆ ਕਿੱਲਾ ਕਿੱਥੇ ਕਿੱਥੇ 1.5 ਕਰੋੜ ਰੁਪਈਆ ਕਿਲਾ ਕਿੱਥੇ 9 ਲੱਖ ਰੁਪਈਆ ਕਿਲਾ ਸੇਮ ਜ਼ਮੀਨ ਜੀ ਉਹਦੇ ਉੱਤੋਂ ਦੀ ਇਹ ਹਾਈਵੇ ਜਿਹੜਾ ਜੀ ਉਹ ਲੱਗਣਾ ਉਹਦੇ ਉਹਦੇ ਕਰਕੇ ਇਹਦਾ ਜਿਹੜਾ ਜੀ ਉਹ ਵੱਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਸਾਨ ਕਹਿੰਦੇ ਅਸੀਂ ਇੰਨੀ ਘੱਟ ਕੀਮਤ ਦੇ ਉੱਤੇ ਆਪਣੀ ਜ਼ਮੀਨ ਜਿਹੜੀ ਦੀ ਉਹ ਨਹੀਂ ਦੇਣੀ ਹਾਲਾਂਕਿ ਕਾਨੂੰਨ ਜਿਹੜਾ ਦੀ ਉਹ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਪੈਸੇ ਘੱਟ ਲੱਗਦੇ ਤੁਸੀਂ ਅਦਾਲਤ ਦੇ ਵਿੱਚ ਜਿਹੜਾ ਦੀ ਉਹ ਜਾ ਸਕਦੇ ਹੋ ਜਿਹੜੀ ਸਾਡੀ ਜੱਦੀ ਜ਼ਮੀਨ ਸੀ ਉਹ ਇਦਾਂ ਹੀ ਜਿਹੜਾ ਜੀ ਉਹ ਗਈ ਹੈ ਕੌਡੀਆਂ ਦੇ ਪਾ ਦੇਤੇ ਅੱਜ ਤੋਂ 10 ਸਾਲ ਪਹਿਲਾਂ ਜੜੀ ਦੀ ਉਹ ਚਲੇ ਗਈ ਕੁਝ ਵੀ ਨਹੀਂ ਕਰ ਸਕਿਆ ਤੁਸੀਂ ਕੁਝ ਕਰ ਨਹੀਂ ਸਕਦੇ ਜੀ ਕੁਝ ਵੀ ਨਹੀਂ ਕਰ ਸਕਦੇ ਅਦਾਲਤ ਦੇ ਵਿੱਚ ਜਿਹੜਾ ਉਹ ਜਾ ਸਕਦੇ ਹੋ ਕਿੰਨੀ ਦੇਰ ਇਹ ਕਿਸਾਨ ਰੋਕ ਸਕਣਗੇ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਸ ਕਰਕੇ ਕਿਸਾਨਾਂ ਦੇ ਨਾਲ ਕੋਈ ਜੜੀ ਉਹ ਪੰਗਾ ਲੈਣ ਦੇ ਵਾਸਤੇ ਤਿਆਰ ਨਹੀਂਗਾ ਹਾਲ ਦੀ ਘੜੀ ਇਹ ਸਰਵੇਕਰ ਰੁਕਿਆ ਹੋਇਆ ਕਿੰਨੀ ਦੇਰ ਰੁਕੂਗਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਇਹ ਹੋ ਕਿਸਾਨਾਂ ਦੇ ਨਾਲ ਵੱਡਾ ਜਿਹੜਾ ਦੀ ਉਹ ਤੱਕਾ ਰਿਆ 9 ਲੱਖ ਰੁਪਏ ਦੇ ਨਾਲ ਉਹ ਕੀ ਕਰਨਗੇ ਕਿੱਥੇ ਜਾ ਕੇ ਹੋਰ ਜ਼ਮੀਨ ਲੈਣਗੇ ਉਜੜ ਜਾਣਗੇ ਜੀ ਜੀ ਮਨੂ ਸਾਹਿਬ ਬਰਡ ਫਲੂ ਫੈਲਣ ਦਾ ਖਤਰਾ ਜਿੰਨਾ ਵਧਿਆ ਹੋਇਆ ਹੁਣ ਕਹਿੰਦੇ ਕਈ ਸਟੇਟਸ ਦੇ ਵਿੱਚ ਹਜ਼ਾਰਾਂ ਪੰਛੀ ਉਹਨਾਂ ਨੂੰ ਮਾਰਨਾ ਪੈ ਸਕਦਾ ਜਾਂ ਆਲਰੇਡੀ ਮਾਰੇ ਜਾ ਚੁੱਕੇ ਨੇ ਦੇਖੋ ਇੱਕ ਤਾਂ ਜਿਹੜਾ ਪੌਂਗ ਡੈਮ ਪੈਂਦਾ ਦੀ ਪੰਜਾਬ ਦੇ ਨਾਲ ਲਗਵਾ ਉਥੇ ਜਿਹੜਾ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਪੰਛੀ ਨੇ ਉਹ ਮਰੇ ਪਾਏ ਗਏ ਆ ਅੱਛਾ ਜੀ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਦੀ ਉਹ ਖਤਰਾ ਹੈ ਕਿਉਂਕਿ ਇਹ तकरीबन ਦੋ ਜਗ੍ਹਾ ਹੈ ਦੋ ਵੈਟਲੈਂਡ ਹੈਗੇ ਨੇ ਇੱਕ ਪੌਂਗਨਾਮ ਹੈ ਤੇ ਸੈਕੰਡ ਹੈਗਾ ਜੀ ਹਰੀਕੇ ਪੱਤਨ ਹੂੰ ਹੂੰ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਛੀ ਆ ਸਾਈਬੀਰੀਆ ਤੋਂ ਉੱਡ ਕੇ ਹਰ ਬਰੇ ਆਉਂਦੇ ਆ ਔਰ ਇੱਥੇ ਸਿਆਲਾਂ ਦੇ ਵਿੱਚ ਉਹ ਇੱਥੇ ਰਹਿੰਦੇ ਆ ਔਰ ਹਰੀਕੇ ਪੱਤਨ ਦੇ ਵਿੱਚ ਅਜੇ ਤੱਕ ਕਿਸੇ ਕਿਸਮ ਦੇ ਪੰਛੀ ਦੇ ਮਰਨ ਦੀ ਕੋਈ ਖਬਰ ਨਹੀਂ ਕਿ ਪੰਜਾਬ ਦੇ ਵਿੱਚ ਅਜੇ ਕਿਸੇ ਜਗ੍ਹਾ ਦੇਤੇ ਇਹਦੇ ਸਿੰਪਟਮ ਜਿਹੜੇ ਦੀ ਉਹ ਨਹੀਂ ਪਾਏ ਗਏ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਰਾਜਸਥਾਨ ਗੁਜਰਾਤ ਦੇ ਵਿੱਚ ਕੋਈ 84000 ਤੇ 775 ਪੰਛੀ ਜਿਹੜੇ ਨੇ ਦੀ ਬਰਡ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੋਈ ਆ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਕੇਰਲ ਦੇ ਵਿੱਚ ਵੀ ਜਿਹੜੀ ਦੀ ਇਹ ਕੁਝ ਪੁਸ਼ਟੀ ਹੋਈ ਆ ਔਰ ਬਰਡ ਫਲੂ ਦੀ ਪੁਸ਼ਟੀ ਜਿਹੜੀ ਉਹ ਹੋ ਰਹੀ ਆ ਹਮ ਹਮ ਮੱਧ ਪ੍ਰਦੇਸ਼ ਦੇ ਵਿੱਚ ਕੋਈ 200 ਦੇ ਕਰੀਬ ਜਿਹੜੇ ਨੇ ਉਹ ਬਰਡ ਦੀ ਮੌਤ ਹੋਈ ਆ ਇੰਦੌਰ, ਮਨਸੌਰ, ਆਗਰ, ਖਰਗੋਨ ਦੇ ਵਿੱਚ ਹਿਮਾਚਲ ਦੇ ਵਿੱਚ 2000 ਦੇ ਕਰੀਬ ਜਿਹੜੇ ਪੰਛੀ ਨੇ ਉਹ ਪੌਂਡ ਦੇ ਵੈਟਲੈਂਡ ਦੇ ਉੱਤੇ ਮਰੇ ਜਿਹੜਾ ਦੀ ਉਹ ਪਾਏ ਗਏ ਆ ਇਹਨਾਂ ਦੇ ਸੈਂਪਲ ਲੈ ਕੇ ਜਿਹੜਾ ਉਹ ਭੇਜੇ ਗਏ ਆ ਜਿੱਥੋਂ ਅਜੇ ਕਿਹਾ ਜਾ ਰਿਹਾ ਕਿ ਰਿਪੋਰਟ ਨਹੀਂ ਆਈ ਰਿਪੋਰਟ ਆਉਣ ਤੋਂ ਬਾਅਦ ਕਲੀਅਰ ਹੋਊਗਾ 2 ਦਿਨ ਬਾਅਦ ਅਜਿਹੜੀ ਦੀ ਉਹ ਰਿਪੋਰਟ ਆਊਗੀ ਇੱਥੇ ਕੰਮ ਤੁਹਾਨੂੰ ਪਤਾ ਜੇ ਜਿਸ ਤਰੀਕੇ ਦੇ ਜਿਹੜਾ ਦੀ ਉਹ ਹੈਗੇ ਅਸੁਸਤ ਮਤਲਬ ਕਿ ਜੇ ਇਦਾਂ ਦਾ ਖਤਰਾ ਲੱਗ ਰਿਹਾ ਤੇ ਉਹ ਤੁਰੰਤ ਕਿਉਂ ਨਹੀਂ ਜਿਹੜਾ ਦੀ ਉਹ ਕੀਤਾ ਗਿਆ ਰਾਜਸਥਾਨ ਦੇ ਵਿੱਚ ਵੀ ਕੁਝ ਪੰਛੀਆਂ ਦੀਆਂ ਮੌਤਾਂ ਜਿਹੜੀਆਂ ਦੀ ਉਹ ਹੋਈਆਂ ਨੇ ਕੇਰਲਾ ਦੇ ਵਿੱਚ ਅਲਪੁਝਾ ਤੇ ਕਟਿਆਮ ਜਿਹੜਾ ਦੀ ਇੱਥੇ ਬਰਡ ਫਲੂ ਦੀ ਪੁਸ਼ਟੀ ਹੋਈ ਹੈ 50 ਹਜ਼ਾਰ ਬਤਖਾਂ ਜੜੀਆਂ ਨੇ ਉਹਨਾਂ ਨੂੰ ਮਾਰਨ ਦੇ ਆਦੇਸ਼ ਕੇਰਲ ਦੀ ਸਰਕਾਰ ਨੇ ਜਿਹੜਿਆ ਜੀ ਉਹ ਦਿੱਤੇ ਆ ਹਰਿਆਣੇ ਦੇ ਵਿੱਚ ਦੋ ਫਾਰਮਾਂ ਦੇ ਵਿੱਚ ਕੁਝ 70000 ਦੇ ਕਰੀਬ ਮੁਰਗੀਆਂ ਦੀ ਮੌਤ ਜਿਹੜੀ ਆ ਉਹ ਹੋਈ ਆ ਔਰ ਗੁਜਰਾਤ ਦੇ ਜੂਨਾਗੜ ਦੇ ਵਿੱਚ ਕੁਝ ਪੰਛੀਆਂ ਦੀ ਮੌਤ ਹੋਣ ਦੀ ਜਿਹੜੀ ਉਹ ਖਬਰ ਮਿਲੀ ਆ ਕਿਉਂਕਿ ਇੱਕ ਵਾਰੀ ਪਹਿਲਾਂ ਬਰਡ ਫਲੂ ਜਿਹੜਾ ਜੀ ਉਹ ਫੈਲ ਗਿਆ ਸੀ ਉਸ ਟਾਈਮ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਾਸ ਤੌਰ ਦੇ ਤੇ ਮੁਰਗੀਆਂ ਸੀਗੀਆਂ ਉਹਨਾਂ ਨੂੰ ਮਾਰਿਆ ਗਿਆ ਸੀਗਾ ਜਾਂ ਟੋਏ ਕੱਢ ਕੇ ਜਿਹੜਾ ਦੀ ਉਹ ਦਬ ਦਿੱਤਾ ਗਿਆ ਸੀ ਤਾਂ ਕਿ ਇਹ ਅੱਗੇ ਫੈਲੇ ਨਾ ਕਰੋਨਾ ਵਾਇਰਸ ਜਿਹੜਾ ਦੀ ਉਹ ਇਸ ਵੇਲੇ ਸਭ ਨੂੰ ਪਤਾ ਕਿ ਅਜੇ ਵੀ ਜਿਹੜਾ ਦੀ ਉਹ ਫੈਲਿਆ ਹੋਇਆ ਜੇ ਬਰਡ ਫਲੂ ਆਉਂਦਾ ਤੇ ਇਹ ਵੀ ਉਸੇ ਤਰੀਕੇ ਇਹਦੇ ਵੀ ਸਿੰਪਟਮਸ ਜਿਹੜੇ ਦੀ ਉਹ ਉਹੀ ਨੇ ਜਿਹੜੇ ਕਰੋਨਾ ਦੇ ਹੈਗੇ ਨੇ ਮੈਂ ਜਵੇਂ ਤੁਹਾਨੂੰ ਦੱਸਿਆ ਨਹੀਂ ਕਿ ਪੰਜਾਬ ਦੇ ਵਿੱਚ ਅਜੇ ਇਹਦਾ ਕੋਈ ਕਿਸੇ ਜਗ੍ਹਾ ਤੋਂ ਕੇਸ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਇੱਕ ਡਰ ਵੱਡਾ ਜਿਹੜਾ ਦੀ ਉਹ ਜ਼ਰੂਰ ਪਾਇਆ ਜਾ ਰਿਹਾ ਹੈ ਅੱਛਾ ਪੰਨੂ ਸਾਹਿਬ ਹੁਣ ਦੇਖੋ ਜਦੋਂ ਕਿਸੇ ਵੀ ਵੈਕਸੀਨ ਦਾ ਟਰਾਇਲ ਕੀਤਾ ਜਾਂਦਾ ਪਹਿਲਾਂ ਉਹਦੀ ਪਰਖ ਕੀਤੀ ਜਾਂਦੀ ਆ ਤਾਂ ਜਿਨ੍ਹਾਂ ਲੋਕਾਂ ਨੂੰ ਉਹਦੇ ਟੀਕੇ ਲਗਾਏ ਜਾਂਦੇ ਨੇ ਉਹ ਵੌਲੰਟੀਅਰ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਇਸ ਵੈਕਸੀਨ ਦੀ ਟਰਾਇਲ ਵਿੱਚ ਹਿੱਸਾ ਲੈ ਰਹੇ ਹਾਂ ਪਰ ਹੁਣ ਜਿਹੜੀ ਕੋਵਿਡ ਦੀ ਵੈਕਸੀਨ ਦਾ ਟਰਾਇਲ ਹੈ ਉਹਦੇ ਬਾਰੇ ਇੱਕ ਮਾਮਲਾ ਕੁਝ ਰਿਪੋਰਟਾਂ ਆਈਆਂ ਨੇ ਕਿ ਕੁਝ ਲੋਕਾਂ ਨੂੰ ਬਿਨਾਂ ਪੁੱਛੇ ਉਹਨਾਂ ਦੀ ਮਰਜ਼ੀ ਤੇ ਇਜਾਜ਼ਤ ਤੋਂ ਬਿਨਾਂ ਹੀ ਟ੍ਰਾਇਲ ਵਾਲਾ ਟੀਕਾ ਲਗਾ ਦਿੱਤਾ ਗਿਆ ਇਹਦਾ ਕੀ ਵੇਰਵਾ ਜੀ ਉਹ ਮੱਧ ਪ੍ਰਦੇਸ਼ ਦੀ ਜਿਹੜੀ ਰਾਜਧਾਨੀ ਪੁਪਾਲ ਤੋਂ ਇਹ ਆਇਆ ਬੜਾ ਅਣਮਨੁੱਖੀ ਮੈਂ ਤਾਂ ਇਹਨੂੰ ਅਣਮਨੁੱਖੀ ਜਿਹੜਾ ਦੀ ਉਹ ਕਹੂੰਗਾ ਕਿਉਂਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਕਿਹਾ ਜਾਂਦਾ ਕਿ ਇੱਕ ਆਡੀਓ ਰਿਕਾਰਡਿੰਗ ਵੀ ਕੀਤੀ ਜਾਂਦੀ ਹੈ ਜਿਹੜੇ ਵਿਸ਼ਵ ਦੇ ਲਾਅ ਨੇ ਉਹਦੇ ਮੁਤਾਬਕ ਵੀਡੀਓ ਰਿਕਾਰਡਿੰਗ ਵੀ ਹੋਣੀ ਜਿਹੜੀ ਦੀ ਉਹ ਜ਼ਰੂਰੀ ਹੈ ਵੀ ਉਸ ਬੰਦੇ ਦੀ ਸਹਿਮਤੀ ਦੇ ਨਾਲ ਉਹਦੇ ਉੱਤੇ ਟ੍ਰਾਇਲ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਇਹ 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 ਕੋਵੈਕਸਿਨ ਦੇ ਟਰਾਇਲ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਜਿਹੜੀ ਚੀਜ਼ ਜੀ ਉਹ ਸਾਹਮਣੇ ਆ ਰਹੀ ਹੈ ਕਿ ਬਿਨਾ ਪੁੱਛੇ ਤੋਂ ਟੀਕੇ ਜਿਹੜੇ ਦੀ ਉਹ ਲਾਇਆ ਗਿਆ ਪੀਪਲਸ ਹਸਪੀਟਲ ਆ ਉਹਦੇ ਵਿੱਚ 600 ਤੋਂ ਜ਼ਿਆਦਾ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਇਹ ਕੋਵੈਕਸਿਨ ਜਿਹੜੀ ਆਦੀ ਉਹਦਾ ਟਰਾਇਲ ਕੀਤਾ ਗਿਆ ਕੁਝ ਲੋਕ ਬਿਮਾਰ ਪਏ ਉਹਨਾਂ ਦੇ ਵੱਲ ਵੇਖਿਆ ਤੱਕ ਨਹੀਂ ਗਿਆ ਇਹ ਲੋਕ ਹਸਪਤਾਲ ਦੇ ਚੱਕਰ ਜਿਹੜੇ ਉਹ ਲਾਉਂਦੇ ਰਹੇਗੇ ਇਹ ਟ੍ਰਾਇਲ ਦੇ ਵਿੱਚ ਭਪਾਲ ਦੀਆਂ ਬਸਤੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀਗੇ ਜੀ ਉਹਨਾਂ ਦੇ ਉੱਤੇ ਇਹ ਟ੍ਰਾਇਲ ਕੀਤਾ ਗਿਆ ਬਿਨਾਂ ਉਹਨਾਂ ਨੂੰ ਕੁਝ ਦੱਸਿਆ ਇਹ ਵੈਕਸੀਨ ਉਹਨਾਂ ਨੂੰ ਲਾ ਦਿੱਤੀ ਗਈ ਅੱਛਾ ਉਹਦੇ ਵਾਸਤੇ ਤੁਸੀਂ ਹੈਰਾਨ ਹੋਵੋਗੇ 750 ਰੁਪਿਆ ਉਹਨਾਂ ਨੂੰ ਜਿਹੜਾ ਦੀ ਉਹ ਦਿੱਤਾ ਗਿਆ ਇਹ 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 ਤੁਹਾਨੂੰ ਟੀਕਾ ਲਾਇਆ ਟੀਕਾ ਲਾਉਣ ਦਾ ਤੁਹਾਨੂੰ 750 ਰੁਪਿਆ ਦੇ ਰਿਹਾ ਹੁਣ ਉਹ ਵਿਚਾਰੇ ਬਸਤੀਆਂ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਨੂੰ ਕੀ ਪਤਾ ਜੀ ਕਿ ਇਹ ਟੀਕਾ ਕਿਸ ਚੀਜ਼ ਦਾ ਵੀ ਉਹਨਾਂ ਦੇ ਉੱਤੇ ਇਹ ਟ੍ਰਾਇਲ ਕੀਤਾ ਜਾ ਰਿਹਾ ਵੀ ਉਹ ਮਰਦੇ ਨੇ ਜਾਂ ਨਹੀਂ ਔਰ 750 ਰੁਪਏ ਦਿੱਤਾ ਗਿਆ ਗਰੀਬ ਨੇ 750 ਰੁਪਏ ਦੇ ਲਾਲਚ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਟੀਕਾ ਲਵਾ ਲਿਆ بیمار ਜਦੋਂ ਪੈ ਗਏ ਤੇ ਉਹਨਾਂ ਤੋਂ ਜਿਹੜੇ ਕਾਗਜ਼ਾਂ ਦੇ ਉੱਤੇ ਸਾਈਨ ਲਏਗੇ ਜਿਹੜੀ ਹਸਪੀਟਲ ਮੈਨੇਜਮੈਂਟ ਹੈ ਉਹ ਇਹ ਕਹਿੰਦੀ ਆ ਕਿ ਇਦਾਂ ਦਾ ਕੁਝ ਨਹੀਂ ਹੋਇਆ ਜਦੋਂ ਕਿ ਉਹ ਬੰਦੇ ਕਹਿੰਦੇ ਆ ਕਿ ਸਾਡੇ ਤੋਂ ਸਾਡੇ ਨਾ ਕੋਈ ਆਡੀਓ ਰਿਕਾਰਡਿੰਗ ਨਾ ਵੀਡੀਓ ਰਿਕਾਰਡਿੰਗ ਹਾਂ ਕੁਝ ਪੇਪਰਾਂ ਦੇ ਉੱਤੇ ਸਾਈਨ ਕਰਾਏ ਗਏ ਕਹਿੰਦੇ 750 ਰੁਪਏ ਜਿਹੜਾ ਦੇਣਾ ਇਹ ਉਹਦੇ ਪੇਪਰਾਂ ਦੇ ਉੱਤੇ ਸਾਈਨ ਜਿਹੜੇ ਉਹ ਕਰਵਾਏ ਜਾ ਰਿਹਾ ਇੱਕ ਸੋਸ਼ਲ ਐਕਟਿਵਿਸਟ ਨੇ ਜਿਨ੍ਹਾਂ ਨੇ ਬਹੁਤਾ ਮਾਮਲਾ ਜਿਹੜਾ ਦੀ ਉਹ ਕੱਢਿਆ ਹੂੰ ਹੂੰ ਉਹਨਾਂ ਨੇ ਇਹ ਗੱਲ ਕਹੀ ਕਿ ਇੱਥੇ ਮੰਦ ਪਰਦੇਸ਼ ਦਾ ਸ਼ੰਕਰਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਛਲੋਕ ਸੀ ਉਹਨਾਂ ਨੂੰ ਪੀਪਲਸ ਹਸਪੀਟਲ ਲਿਜਾਇਆ ਗਿਆ ਉੱਥੇ ਜਿਹੜਾ ਇਹ ਕਿਹਾ ਕਿ ਤੁਹਾਨੂੰ 770 ਰੁਪਇਆ ਮਿਲੂਗਾ ਪਰ ਉਦੋਂ ਪਹਿਲਾਂ ਤੁਹਾਨੂੰ ਇੱਕ ਟੀਕਾ ਲਵਾਉਣਾ ਪੈਣਾ ਇਹਦੇ ਨਾਲ ਤੁਹਾਡੇ ਸਰੀਰ ਦਾ ਖੂਨ ਸਾਫ਼ ਹੋ ਜਾਊਗਾ ਤੇ ਦੂਜੀਆਂ ਬਿਮਾਰੀਆਂ ਜਿਹੜੀਆਂ ਦੀ ਉਹ ਵੀ ਠੀਕ ਹੋ ਜਾਣਗੀਆਂ ਤੁਸੀਂ ਦੇਖੋ ਧੋਖਾ ਕਿੱਡਾ ਜਿਹੜਾ ਉਹ ਕੀਤਾ ਗਿਆ ਜਿਹੜਾ ਗਰੀਬ ਬੰਦਾ ਉਹ ਸੋਚਦਾ ਅੱਛਾ ਇੱਕ ਤਾਂ 750 ਰੁਪਈਆ ਮਿਲੂਗਾ ਇੱਕ ਮੈਂ ਅੱਗੋਂ ਬਿਮਾਰ ਨਹੀਂ ਹੋਊਗਾ ਗਰੀਬ ਬੰਦਾ ਜਦੋਂ ਬਿਮਾਰ ਹੁੰਦਾ ਉਹਨੂੰ ਤਾਂ ਵਿਚਾਰੇ ਨੂੰ ਇਹ ਨਹੀਂ ਲੱਗਦਾ ਮੈਂ ਡਾਕਟਰ ਦੀ ਫੀਸ ਕਿੱਥੋਂ ਦਊਂਗਾ ਬਿਲਕੁਲ ਤੋਂ ਇਸ ਕਰਕੇ ਉਹਨਾਂ ਨੇ ਉਹ ਟੀਕਾ ਜਿਹੜਾ ਸੀਗਾ ਦੀ ਉਹ ਲਵਾ ਲਿਆ ਔਰ ਉਹਨੂੰ ਉਹਨੂੰ ਇਹ ਵੀ ਕਹਿ ਗਿਆ ਕਿ ਜੇ ਕੋਈ ਮੁਸ਼ਕਲ ਹੋਵੇ ਤੇ ਇੱਥੇ ਆ ਕੇ ਦੱਸੀ ਜਦੋਂ ਉਹਨੂੰ ਟਾਈਫਾਇਡ ਹੋ ਗਿਆ ਤੇ ਇੱਕ ਬੰਦੇ ਨੂੰ ਉਹ ਕਹਿੰਦਾ ਮੈਂ ਉੱਥੇ ਹਸਪੀਟਲ ਜਾਂਦਾ ਰਿਹਾ ਹੁਣ ਉਹਨੂੰ ਪੀਲੀਆ ਹੋ ਗਿਆ ਔਰ ਉਹਨੂੰ ਐਕਸ-ਰੇ ਕਰਵਾਉਣ ਦੇ ਵਾਸਤੇ ਕਿਹਾ ਗਿਆ ਉਹ ਕਹਿੰਦੇ ਐਕਸ-ਰੇ ਦੇ ਪੈਸੇ ਜਿਹੜੇ ਤੂੰ ਉਹ ਹੁਣ ਵੱਖਰੇ ਜਿਹੜੇ ਦੀ ਉਹ ਦੇ ਔਰ ਕਿਹਾ ਗਿਆ ਕਿ ਤੇਰੇ ਟੈਸਟ ਕੀਤੇ ਜਾਣਗੇ ਉਹਦਾ 450 ਰੁਪਿਆ ਤੇਰੇ ਕੋਲੋਂ ਹੋਰ ਜਿਹੜਾ ਦੀ ਉਹ ਲੱਗੂਗਾ ਉਹ ਕਹਿੰਦਾ ਮੈਂ ਤਾਂ ਡਰ ਕੇ ਘਰੇ ਆ ਗਿਆ ਵੀ 750 ਲਿਆ ਸੀ ਉਸ ਤੋਂ ਵੱਧ ਤਾਂ ਇਹਨਾਂ ਨੇ ਮੇਰੇ ਟੈਸਟਾਂ ਤੋਂ ਜਿਹੜੇ ਦੀ ਉਹ ਲੈ ਜਾਣੇ ਆ ਉਹ ਕਹਿੰਦਾ ਮੈਨੂੰ ਇਹ ਨਹੀਂ ਪਤਾ ਮੇਰਾ ਹੁਣ ਕੀ ਹੋਊਗਾ ਮੈਂ ਮਰ ਗਿਆ ਤੇ ਮੇਰੇ ਘਰ ਨੂੰ ਜਿਹੜਾ ਦੀ ਉਹ ਕੌਣ ਸੰਭਾਲੂਗਾ ਹਸਪਤਾਲ ਦੇ ਜਿਹੜੇ ਬੁਲਾਰੇ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਟ੍ਰਾਇਲ ਦੇ ਵਾਸਤੇ ਲਿਆਂਦਾ ਅੱਧਾ ਘੰਟਾ ਉਹਨਾਂ ਨੂੰ ਕਹਿੰਦੇ ਦੀ ਸਮਝਾਇਆ ਰਜ਼ਾਮੰਦੀ ਦੇ ਨਾਲ ਉਹਨਾਂ ਦੇ ਸਾਈਨ ਲਏ ਤੇ ਹਰੇਕ ਤਰ੍ਹਾਂ ਦੀ ਜਾਣਕਾਰੀ ਜਿਹੜੀ ਸੀ ਉਹ ਉਹਨਾਂ ਨੂੰ ਦਿੱਤੀ ਜਾਣਕਾਰੀ ਕਿਹੜੀ ਦਿੱਤੀ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਕੋਈ ਬਿਮਾਰੀ ਜਿਹੜੀ ਦੀ ਉਹ ਨਹੀਂ ਲੱਗੂਗੀ ਅਜਿਹੀ ਜਾਣਕਾਰੀ ਗਲਤ ਤਰੀਕੇ ਦੇ ਨਾਲ ਦਿੱਤੀ ਗਈ ਇਹ ਇਹ ਅਣਮਨੁੱਖੀ ਵਰਤਾਰਾ ਹੈ ਜੀ ਕੰਪਲੀਟਲੀ ਅਣਮਨੁੱਖੀ ਵਰਤਾਰਾ ਹੈ ਜੀ ਹੂੰ ਅਜੇ ਪੰਨੂ ਸਾਹਿਬ ਸੰਰਵੇਖ ਲਿਸਨਰ ਦਾ ਕੁਐਸਚਨ ਆਇਆ ਉਹ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਦਿੱਲੀ ਜਾਣਾ ਹੈਗਾ ਲਾਸਟ ਵੀਕ ਆਫ ਜਨਵਰੀ ਕਹਿੰਦੇ 25 ਤਰੀਕ ਨੂੰ ਜਾਣਾ ਕਹਿੰਦੇ ਵੀ ਦਿੱਲੀ ਤੋਂ ਪੰਜਾਬ ਵੱਲੋਂ ਆਉਂਦੇ ਹੋਏ ਕੋਈ ਸੜਕ ਦੇ ਉੱਪਰ ਰੁਕਾਵਟ ਤੇ ਨਹੀਂ ਹੋ ਸਕਦੀ ਹੁਣ 25 ਤਰੀਕ ਨੂੰ ਤੇ ਉਦੋਂ ਹੋ ਸਕਦਾ ਹੋਰ ਵੀ ਜ਼ਿਆਦਾ ਸੰਘਰਸ਼ ਦਿਖਾ ਹੋਇਆ ਹੋ ਸਕਦਾ ਇਹਨਾਂ ਨੂੰ ਕੀ ਸਲਾਹ ਦਿਓਗੇ ਪੰਨੂ ਸਾਹਿਬ ਦੇਖੋ ਇੱਕ ਤਾਂ ਜੇ ਬੈਟਰ ਇਹ ਆ ਕਿ ਜਿੰਨੇ ਪੈਸੇ ਤੁਹਾਡੇ ਤੋਂ ਟੈਕਸੀ ਵਾਲੇ ਨੇ ਲੈਣੇ ਆ ਉਹਨੇ ਦੀ ਤੁਹਾਨੂੰ ਡੋਮੈਸਟਿਕ ਫਲਾਈਟ ਆ ਜਾਣੀ ਹੈ ਜੀ ਹਮ ਹਮ ਦੁਪਹਿਰ ਕਿ ਤੁਸੀਂ ਡੋਮੈਸਟਿਕ ਫਲਾਈਟ ਜਿਹੜੀ ਆ ਦੀ ਉਹ ਬੁੱਕ ਕਰ ਲਓ ਰੋਕ ਹੈਗੀ ਆ ਜੇ ਸੰਘਰਸ਼ ਚੱਲਦਾ ਰਹਿੰਦਾ ਤੇ ਇਹ 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 ਰੋਕਾਂ ਆਉਂਦੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜੀਆਂ ਦੀ ਹੋਣਗੀਆਂ ਹਾਲਾਂਕਿ ਕੁਝ ਰਸਤੇ ਜਿਹੜੇ ਦੀ ਉਹ ਖੁੱਲੇ ਹੈਗੇ ਆ ਜੇ ਤੁਸੀਂ ਰੋਤਕ ਜੀਂਦਵਾਯਾ ਜਿਹੜਾ ਦੀ ਉਹ ਆਉਂਦੇ ਹੋ ਜਿਹੜਾ ਤੁਹਾਨੂੰ ਇੱਥੇ ਗੁਰਦਾਉਂ 에어ਪੋਰਟ ਦੇ ਨੇੜੇ ਤੋਂ ਜਿਹੜਾ ਦੀ ਉਹ ਕੱਢ ਦਿੰਦਾ ਉਹ ਰਾਹ ਜਿਹੜਾ ਦੀ ਉਹ ਹੈਗਾ ਉਸ ਪਾਸੇ ਵੱਲ ਦੀ ਕੋਈ ਰੋਕ ਵਗੈਰਾ ਨਹੀਂ ਹੈਗੀ ਪਰ ਮੈਂ ਸੇਫ ਕਹੂੰਗਾ ਜੀ ਕਿ ਜੇ ਤਾਂ ਤੁਸੀਂ ਇਥੋਂ ਹੁਣ ਸਿੰਪਲ ਜੀ ਗੱਲ ਆ ਦੀ ਅਸੀਂ ਫਿਰਦੇ ਆ ਭੇਤੀਆਂ ਸੜਕਾਂ ਦੇ ਵੀ ਇਹ ਇੱਕ ਨਹੀਂ ਤੋਂ ਦੂਜੇ ਤਰੀਕੇ ਨਾਲ ਨਿਕਲ ਜਾਣਾ ਜਿਹਨੂੰ ਭੇਦ ਨੀਗਾ ਉਹ ਇਦਾਂ ਦਾ ਰਿਸਕ ਜਿਹੜਾ ਦੀ ਉਹ ਨਾ ਲਵੇ ਕਿਉਂਕਿ ਜਿਹੜੇ ਨੇਰੇ ਸਵੇਰੇ ਨਿਕਲਣਾ ਪੈਂਦਾ ਜਦੋਂ ਤੁਸੀਂ 에ਰਪੋਰਟ ਦੇ ਉੱਤੇ ਆਉਂਦੇ ਹੋ ਇਹ ਸੜਕਾਂ ਜਿਹੜੀਆਂ ਦੀ ਉਹ ਬਹੁਤ ਸਾਰੇ ਕਾਰਨਾ ਕਰਕੇ ਅਨਸੁਰੱਖਿਅਤ ਨੇ ਬੈਟਰ ਇਹ ਤੇ ਜੇ ਤੁਸੀਂ ਡੋਮੈਸਟਿਕ ਫਲਾਈਟਸ ਉਹ ਅੰਮ੍ਰਿਤਸਰ ਦੀ ਲੈਣੀ ਆ ਤੁਸੀਂ ਜਿਹੜੀ ਆ ਚੰਡੀਗੜ੍ਹ ਦੀ ਜਿਹੜੀ ਦੀ ਉਹ ਲੈਣੀ ਆ ਜਾਂ ਜਿਹੜਾ ਸਾਨੇਵਾਲ 에어ਪੋਰਟ ਆ ਉੱਥੇ ਵੀ ਕੁਝ ਫਲਾਈਟਾਂ ਹਫ਼ਤੇ ਦੇ 3 ਦਿਨ ਜਿਹੜੀਆਂ ਦੀ ਉਹ ਦਿੱਲੀ ਤੋਂ ਆਉਂਦੀਆਂ ਨੇ ਉਹ ਲੈ ਲਓਗੇ ਤੇ ਉਹ ਬਿਹਤਰ ਰਹੂਗਾ ਤੇ ਇਹ ਖਰੇ ਜਿਹੜੇ ਕੋਈ ਬਾਹਰੋਂ ਇੰਡੀਆ ਚ ਆ ਰਹੇ ਨੇ ਪਰ ਨੋ ਸਾਹਿਬ ਮੇਖਾਲ ਜੇ ਟੈਸਟ ਹੋਵੇ ਫਿਰ ਕੁਆਰੰਟੀਨ ਕਰਨ ਦੀ ਲੋੜ ਨਹੀਂ ਪੈਂਦੀ ਹੁਣ ਨਹੀਂ 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 ਕਵਾਰਟੇਨ ਦੀ ਹੁਣ ਲੋੜ ਨਹੀਂ ਗਈ ਸਿਰਫ ਤੁਹਾਨੂੰ ਉਥੋਂ ਰਿਪੋਰਟ ਜਿਹੜੀ ਦੀ ਉਹ ਲਿਆਉਣੀ ਜਿਹੜੀ ਉਹ ਜ਼ਰੂਰੀ ਹੈ ਅਦਰਵਾਇਜ਼ ਉਹ ਮੁੱਕ ਗਿਆ ਹੋਇਆ ਜੀ ਬਿਲਕੁਲ ਜਿਹੜਾ 14 ਦਿਨ ਦਾ ਕਵਾਰਟੇਨ ਸੀ ਜੀ ਸੋ 72 ਘੰਟੇ ਦੇ ਮੇਖਿਆ ਪਿਛਲੇ 72 ਘੰਟੇ ਵਾਲੀ ਰਿਪੋਰਟ ਹੋਣੀ ਚਾਹੀਦੀ ਹੈ ਲੈਂਡ ਕਰਨ ਤੋਂ ਪਹਿਲਾਂ ਵਾਲੇ ਤੇ ਫਿਰ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਬੰਦਸ਼ ਨਹੀਂ ਹੋਏਗੀ ਨਹੀਂ ਜੀ ਨਹੀਂ ਫਿਰ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਰੈਸਟ੍ਰਿਕਸ਼ਨ ਨਹੀਂ ਹੈਗੀ ਕਿਸੇ ਵੀ ਸੂਬੇ ਵਿੱਚ ਜੀ ਤੇ ਪੰਨੂ ਸਾਹਿਬ ਅੱਜ ਨਾਵਾ ਕੀ ਹੈ ਜੀ ਕਿ ਮੁੱਕਿਆ ਖੇਤੀ ਕਾਨੂੰਨਾ ਦਾ ਨਹੀਂ ਰਫੜ ਛੜਦੀ ਜਾਪਦੀ ਨਵੀਂ ਲੜਾਈ ਮਿੱਤਰ ਹਮ ਹਮ ਮੁਕਿਆ ਖੇਤੀ ਕਾਨੂੰਨਾਂ ਦਾ ਨਹੀਂ ਰਫੜ ਛੜਦੀ ਜਾਪਦੀ ਨਵੀਂ ਲੜਾਈ ਮਿੱਤਰ ਫਾਈਲ ਰਾਹੁਲ ਦੇ ਜੀਜੇ ਦੀ ਪਈ ਦੱਬੀ ਬਿਨਾ ਚਰਚਾ ਤੋਂ ਗਈ ਮੰਗਾਈ ਮਿੱਤਰ ਹਮ ਹਮ ਕਿਸਾਨੀ ਮੁੱਦੇ ਤੋਂ ਧਿਆਨ ਹਟਾਉਣੇ ਨੂੰ ਛੁਰਲੀ ਨਵੀਂ ਹੈ ਕੱਢ ਚਲਾਈ ਮਿੱਤਰ ਜਾਂਚ ਟੀਮ ਇੱਕ ਨਵੀਂ ਤਿਆਰ ਕਰਕੇ ਸਿੱਧੇ ਰਾਬੜਟ ਦੇ ਘਰ ਕਲਾਈ ਮਿੱਤਰ ਹਮ ਹਮ ਮੁੱਦਾ ਰਾਬੜਟ ਦਾ ਗੋਲੇ ਦੀ ਟਾਲ ਵਰਗਾ ਜਦੋਂ ਦਿਲ ਕੀਤਾ ਲੈਂਦੇ ਹੀ ਛੁੱਟ ਮਿੱਤਰ ਹਮਮ ਮੁੱਦਾ ਰਾਬਰਟ ਦਾ ਗੋਲੇ ਦੀ ਚਾਲ ਵਰਗਾ ਜਦੋਂ ਦਿਲ ਕੀਤਾ ਲੈਂਦੇ ਹੀ ਛੁੱਟ ਮਿੱਤਰ ਕੱਢਿਆ ਗਿਆ ਹੀ ਮੁੱਦਾ ਇਹ 100 ਵਾਰੀ ਸਕਿਆ ਬੇਗੀ ਨਾ ਕਦੇ ਵੀ ਕੁੱਟ ਮਿੱਤਰ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਹਿਬ ਕੱਲ ਫੇਰ ਗੱਲ ਕਰਦੇ ਆ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਵੀ ਜੀ ਥੈਂਕ ਯੂ ਜੀ